ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੈਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1917। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਝੋਟੀ ਤਾਜ਼ੀ ਸੂਈ ਵੀ ਬੱਚਾ ਨਾਲ ਆ, ਕੁਝ ਕੁ ਦਿਨ ਹੋ ਗਏ ਸੂਈ ਨੂੰ, ਅਤੇ ਇੱਕ ਗੱਭਣ ਵਹਿੜ ਅਤੇ ਮਨ ਲਗਭਗ ਕੁਝ ਕੁ ਦਿਨ ਬਾਕੀ ਆ। ਪਿੰਡ ਰਾਜਗੜ੍ਹ, ਜ਼ਿਲ੍ਹਾ ਬਰਨਾਲੇ ਦਾ ਪਿੰਡ ਪੈ ਗਿਆ, ਅਤੇ ਨੰਬਰ ਬੋਲੀ ਵੀਰ ਆਪਣਾ 82-64-73-45-37 ਠੀਕ ਆ। ਪਹਿਲਾ ਨੰਬਰ ਜਿਹੜੇ ਆਪਾਂ ਝੋਟੀ ਦੇਖਦੇ ਹਾਂ, ਕਿਹੜਾ ਸੂਆ ਸੂਈ ਹੋਈ ਹੈ? ਪਹਿਲਾ ਸੂਆ, ਅਤੇ ਬੱਚਾ ਇਹਦਾ ਆ ਗਿਆ ਆਪਣਾ ਮਿਲਕ ਆਪ ਕੱਟਾ, ਹੈ ਨਾ? ਠੀਕ ਆ। ਕਿੰਨੇ ਦਿਨ ਹੋ ਗਏ ਸੂਈ ਨੂੰ? 20 ਦਿਨ ਹੋ ਗਏ। 20 ਦਿਨ ਹੋ ਗਏ ਸੂਈ ਨੂੰ, ਅਤੇ ਦੁੱਧ ਕਿੰਨਾ ਕੁ ਹੋਣਾ ਇਸ ਵਕਤ? ਦੁੱਧ ਥੱਲੇ 8.5 ਕਿਲੋ। ਮੰਨ ਕੇ ਜਿਹੜੇ ਵੀ 4 ਲੀਟਰ ਬੱਚੇ ਨੂੰ ਮੂੰਹ ਲਵਾ ਕੇ ਟਾਈਮ ਦਾ ਨਿਬੜ ਜੂਗਾ। ਰੇਟ ਇਹਦਾ ਕੀ ਆ? 95,000। ਗੁੰਜਾਇਸ਼ ਮਾੜੀ ਮੋਟੀ ਹੋ ਜੂਗੀ? ਠੀਕ ਹੈ। ਚੋਣ ਚਵਾ ਧਾਰਾ 1 ਨੰਬਰ ਆ। ਸੋ ਵੀਰੋ, ਸਿੰਘ ਮੂੰਹ ਮੱਥਾ ਦੇਖ ਸਕਦੇ, ਕੁੰਡੇ ਸਿੰਘ ਦੀ ਝੋਟੀ ਪਲੂਣ ਪਹਿਲਾ ਸੂਆ ਸੂਈ ਵੀ, ਤੇਲ ਜੈੱਡ ਬਲੈਕ ਆ, ਅਤੇ ਹਵਾਨਾ ਵਗੈਰਾ ਦੇਖੋ, ਸੋਹਣਾ ਸਾਫ਼ ਸੁਥਰਾ ਲੇਵਾ ਗਾ, ਚੰਗੇ ਲੇਵੇ ਦੀ ਆ, ਥੋੜ੍ਹਾ ਬੱਚੇ ਦਾ ਕਰਕੇ ਦੂਰ ਨਹੀਂ ਜਾਂਦੀ, ਅਤੇ ਤੋਰੇ ਵਗੈਰਾ ਵਾਲੇ ਪਾਸੇ ਸਿੰਘ ਮੂੰਹ ਮੱਥਾ ਦੇਖ ਸਕਦੇ, ਬਿਲਕੁਲ ਓਕੇ। ਅਤੇ ਲੇਵਾ ਦੇਖੋ ਨੇੜ ਤੋਂ, ਪੂਰਾ ਸੋਹਣਾ ਸਾਫ਼ ਸੁਥਰਾ ਲੇਵਾ, ਅਤੇ ਫਿੱਟ ਫਾਟ ਲੇਵਾ, ਜਿਵੇਂ ਕੋਈ ਟੁੱਟਵਾ ਲੇਵਾ ਨਹੀਂ, ਕੋਈ ਹੋਰ ਨਹੀਂ। ਅਤੇ ਕੀਮਤ ਇਹਦੀ ਹੈਗੀ ਆ ਸਿਰਫ 95,000 ਰੁਪਈਆ। ਸੋ ਤੁਹਾਨੂੰ ਦੇਖ ਸਕਦੇ 4,99, 8 ਲੀਟਰ ਦੁੱਧ ਹਾਜ਼ਰ ਆ, ਅਤੇ ਪਿੱਠ ਪੁੜੇ ਦੀ ਬਾਂਤਰ ਦੇਖ ਸਕਦੇ, ਪੂਰੀ ਰਾਜੀ ਸਮੀ ਪਲੀ ਵੀ, ਕਿਸੇ ਪਾਸਿਓਂ ਲਿੱਸੀ ਨਾ ਵੀ ਨਹੀਂ, ਕੋਈ ਹੱਥ ਧਰਾਣੀ ਕਿਸੇ ਪਾਸਿਓਂ। ਸੋ ਪਿੱਠ ਪੁੜੇ ਦੀ ਬਣਤਰ ਹੀ ਦੇਖ ਸਕਦੇ ਹੋ, ਪੂਰੀ ਰਾਜੀ ਸਮੀ ਪਲੀ ਵੀ, ਤੋਰੇ ਤਰ ਵਾਲੇ ਪਾਸੇ ਓਕੇ, ਬੱਚਾ ਮੇਲ ਕਾਫ ਕੱਟਾ, 8-7 ਦਿਨ ਹੋ ਗਏ ਸੂਈ ਨੂੰ, 95,000 ਰੁਪਈਏ ਦੀ ਹੈਗੇ। ਅਤੇ ਜਿਹੜੀ ਵੀਰੇ ਦੂਜੇ ਨੰਬਰ 'ਤੇ ਆਪਾਂ ਵਹਿੜ ਦੇਖਿਆ, ਥੋੜ੍ਹੀ ਏਅਰ ਸ਼ੇਅਰ 'ਤੇ ਆ ਕੇ ਚੱਲ ਗਈ, ਹੈ ਨਾ? ਇਹ ਕਿਹੜਾ ਸੂਆ ਸੁਣਦੀ ਆ? ਤੀਜਾ ਸੂਆ, ਅਤੇ ਕਿੰਨਾ ਦੁੱਧ ਚੋਇਆ ਪਿਛਲੇ ਸੂਆ ਪੈਦਾ? 25 ਲੀਟਰ। ਹੁਣ ਟਾਈਮ ਕਿੰਨਾ ਕੁ ਬਾਕੀ ਆ? 20 ਦਿਨ ਪਏ ਨੇ। ਮਹੀਨੇ ਤੋਂ ਅੰਦਰ ਸੂਭੂਗੀ? ਹਾਂ। ਇਹ ਆਪਣੀ ਮਤਲਬ ਸੀਮਣ ਘਰੇ ਆਪਦਾ ਰਖਾਇਆ ਵਾ, ਬਾਕੀ ਤੇਰਾ 5,000 ਬੈੜਾ ਆਪਾਂ ਹੋਰ ਦੇਖੇ ਦੁੱਧ ਰੱਖੇ ਮੈਂ ਘਰੇ, ਹੈ ਨਾ? ਅਤੇ ਇਹਦਾ ਮੁੱਲ ਵਾਲੀ ਕੀ ਰੱਖਿਆ ਵਾ? ਇਹਦਾ ਮੁੱਲ 85,000 ਗੁੰਜਾਇਸ਼ ਹੋ ਜੂਗੀ। 20 ਤੋਂ 22 ਦਿਨ ਦੇ ਵਿੱਚ ਮੰਨ ਲਾ ਸੂਪ ਹੋਊਗੀ ਧੋਰੀ ਬਾਹਰ ਨੂੰ। ਸੋ ਵੀਰੋ, ਕੱਦ ਕਾਠ ਵਗੈਰਾ ਦੇਖੋ, ਬੈੜ ਦਾ ਪੂਰਾ ਸਾਫ਼ ਸੁਥਰੀ ਐਰ ਸੈਰ ਦੇ ਅੰਗ ਦੇ ਵਿੱਚ ਆ। ਤੀਜਾ ਸੂਆ ਸੁਣਦੀ ਪਿਆ, ਸੋ ਨਾੜਾ ਵਗੈਰਾ ਦੇਖੋ, ਹਵਾਨ ਦੇ ਪੂਰੀਆਂ ਚੰਗੀਆਂ ਸਾਫ਼ ਸੁਥਰੀਆਂ, ਅਤੇ ਤੁਹਾਨੂੰ ਦੇਖ ਸਕਦੇ ਨਾੜਾ ਵਗੈਰਾ, ਮਿਲਕ ਵੇਨ ਵਗੈਰਾ ਪੂਰੀਆਂ ਚੰਗੀਆਂ, ਅਤੇ ਕੀਮਤ ਇਹਦੀ ਹੈਗੀ ਆ 85,000 ਰੁਪਈਆ। ਸੋ ਵੀਰੋ ਦੇਖੋ, ਤੋਰਾ ਵਗੈਰਾ ਬੈੜ ਦਾ ਐਰ ਸੈਰ ਦੇ ਵਿੱਚ ਆ ਗਈ, ਅਤੇ 25 ਲੀਟਰ ਦੁੱਧ ਪਾਇਆ ਵਾ, ਐਤਕੀ ਮੰਨ ਕੇ ਚੱਲੋ ਵੀ 25-26 ਦੁੱਧ ਹੋਰ ਪਾ ਦੂਗੀ, ਕੀਮਤ 85 ਮਾਨ ਤਾਨ ਹੋ ਜੂ, ਅਤੇ ਰਾਜੀ ਸਮੀ ਪੜੀ ਵੀ, ਦੁੱਧ ਵੀ ਪਾਊਗੀ ਪਲੱਸ ਫੈਟ ਵਾਲਾ ਪਾਊਗੀ, ਅਤੇ ਹਵਾਨੇ ਅਤੇ ਨਾੜਾ ਵਗੈਰਾ ਆਪਾਂ ਦੋਨੇ ਪਾਸੋਂ ਦਿਖਾ ਦਿੰਦੇ ਹਾਂ। 20 ਦਿਨ ਦੀ ਹਜੇ ਕੱਚੀ ਬੈੜ ਆ, ਪਿੰਡ ਰਾਜਗੜ੍ਹ, ਜ਼ਿਲ੍ਹਾ ਬਰਨਾਲੇ ਦਾ ਪਿੰਡ ਆ। 2 ਨਾਗ ਆਪਾਂ ਕਵਰ ਕਰਕੇ ਦਿਖਾਤੇ, ਇੱਕ ਝੋਟੀ ਸੂਈ ਵੀ ਪਲੂਣ, ਅਤੇ ਇੱਕ ਹੈਗੀ ਹੈਗੀ ਬੈੜ ਗੱਭਣ, ਅਤੇ ਇੱਕ ਆਪਾਂ ਛੋਟਾ ਜਾਨਵਰ ਦੇਖੀਏ ਨੇ ਵੀਰੇ, ਇਹਦਾ ਕੀ ਰੇਟ ਰਹੂਗਾ? ਇਹ 3-4 ਮਹੀਨੇ ਦੀ ਆ। ਠੀਕ ਹੈ, ਕਿਹੜੀ ਬੈੜ ਦੀ ਹੈ? ਇਹ ਹੈਗੀ ਆ ਉਹ ਕਾਲੀ ਦੀ। ਅੱਛਾ, ਕਾਲੀ ਦੀ। ਕਿੰਨਾ ਦੁੱਧ ਆ ਕਾਲੀ ਬੈੜ ਦਾ? 35 ਲੀਟਰ ਦੁੱਧ ਦਿੱਤਾ ਹੋਇਆ ਜੀ। ਠੀਕ ਆ, ਉਹਦੀ ਆ ਗਈ ਕ੍ਰੋਸ ਬੱਚੀ, ਹੈ ਨਾ? ਥਣ 4 ਹੀ ਆ? ਥਣ 4 ਆ। ਰੇਟ ਇਹਦਾ ਕੀ ਰਹੂਗਾ? ਰੇਟ ਇਹਦਾ ਕੀ ਰਹੂਗਾ? ਰੇਟ ਇਹਦਾ 6,000। ਮਾਨਤਾਨ ਹੋਈ, 5 ਦੀ ਦੇ ਦਾਂਗੇ। ਹਾਂ। ਸੋ 5,000 ਦੀ ਬੱਚੀ ਬਣ ਜੂ, 2 ਦਿਖਾ ਦਿਆ, ਇੱਕ ਬੈੜ ਤੇ ਇੱਕ ਝੋਟੀ ਸੂਈ, 95 ਦਾ ਭਾਅ ਤੇ 85 ਦਾ ਭਾਅ। ਇਹਦੀ ਬੱਚੀ ਆ। ਠੀਕ ਹੈ, ਕੋਈ ਵੀ ਨਾ ਤੁਹਾਡੇ ਪਸੰਦ ਹੋਵੇ, ਦੇਖ ਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਕਿਸੇ ਨਵੀਂ ਵੀਡੀਓ।